ਪੰਜਾਬੀ ਹੁਨਾਨ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਜੇਕਰ ਤੁਸੀਂ ਸੋਨੇ ਵਿੱਚ ਨਿਵੇਸ਼ ਕੀਤਾ ਹੋਇਆ ਤਾਂ ਇਹ ਖਬਰ ਤੁਹਾਡੇ ਲਈ ਖੁਸ਼ਖਬਰੀ ਸਾਬਤ ਹੋਵੇਗੀ। ਉੱਥੇ ਹੀ ਸੋਨੇ ਦੀ ਜਵੈਲਰੀ ਖਰੀਦਣ ਵਾਲਿਆਂ ਲਈ ਇੱਕ ਵੱਡਾ ਝਟਕਾ। ਪਿਛਲੇ 2 ਮਹੀਨਿਆਂ ਵਿੱਚ ਸੋਨੇ ਦੀ ਕੀਮਤਾਂ ਅੰਦਰ ਬਹੁਤ ਵੱਡਾ ਉਛਾਲ ਚੜ੍ਹਾਅ ਦੇਖਣ ਨੂੰ ਮਿਲਿਆ। ਪਹਿਲਾਂ ਅਮਰੀਕਾ, ਇਰਾਨ ਤੇ ਫਿਰ ਅਮਰੀਕਾ ਚੀਨ ਵਿੱਚ ਟ੍ਰੇਡ ਵਾਰ ਦੇ ਖਤਰੇ ਵਜੋਂ ਸੋਨੇ ਤੇ ਚਾਂਦੀ ਦੇ ਭਾਅ ਵਿੱਚ ਤੇਜ਼ੀ ਹੋ ਗਈ ਆ। 10 ਗ੍ਰਾਮ ਦਾ ਭਾਅ 42,000 ਤੋਂ ਪਾਰ ਕਰ ਚੁੱਕਿਆ, ਲੇਕਿਨ ਜਿਵੇਂ ਹੀ ਤਨਾਅ ਘੱਟ ਹੋਇਆ ਸੋਨਾ ਵਾਪਸ 39,000 ਦੇ ਕਰੀਬ ਪਹੁੰਚਿਆ। ਬਾਜ਼ਾਰ ਦੀ ਜਾਣਕਾਰਾਂ ਵੀ ਸੋਨੇ ਦੀ ਗਿਰਾਵਟ ਦੇ ਕਿਆਸ ਲਗਾ ਰਹੇ ਸਨ, ਲੇਕਿਨ ਫਿਰ ਸੋਨੇ ਨੇ ਰਫਤਾਰ ਫੜ ਦਿੱਤੀ ਹੈ। ਚੀਨ 'ਚ ਫੈਲੇ ਕੋਰੋਨਾ ਵਾਇਰਸ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਆਪਣੇ ਚਪੇਟ ਵਿੱਚ ਲੈ ਲਿਆ। ਗਲੋਬਲ ਬਾਜ਼ਾਰ ਵਿੱਚ ਇਸ ਨੂੰ ਲੈ ਕੇ ਹੜਕੰਪ ਮੱਚ ਗਿਆ। ਕਈ ਦੇਸ਼ਾਂ ਵਿੱਚ ਇਸ ਨੂੰ ਲੈ ਕੇ ਅਲਰਟ ਹੈ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਕੋਰੋਨਾ ਵਾਇਰਸ ਨਾਲ ਘਬਰਾਏ ਹੋਏ ਨੇ। ਇਹੀ ਵਜ੍ਹਾ ਹੈ ਕਿ ਕਮੋਡਿਟੀ ਮਾਰਕੀਟ ਵਿੱਚ ਹਲਚਲ ਕਾਫੀ ਤੇਜ਼ ਹੋ ਗਈ ਆ। ਭਾਰਤੀ ਬਾਜ਼ਾਰ ਵਿੱਚ ਸੋਨੇ ਦਾ ਭਾਅ 43,000 ਰੁਪਏ ਪ੍ਰਤੀ 10 ਗ੍ਰਾਮ ਪਾਰ ਕਰ ਚੁੱਕਿਆ। ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਇਹਦੀਆਂ ਕੀਮਤਾਂ ਬਹੁਤ ਛੇਤੀ 45,000 ਪ੍ਰਤੀ 10 ਗ੍ਰਾਮ 'ਤੇ ਪਹੁੰਚ ਸਕਦੀਆਂ ਨੇ। ਸੋਨ ਦਾ ਵਾਧਾ ਭਾਵ ਸੋਮਵਾਰ ਨੂੰ 406 ਚੜ੍ਹ ਕੇ 43,269 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ ਸੀ। ਕਮੋਡਿਟੀ ਐਕਸਚੇਂਜ ਵਿੱਚ ਸੋਨੇ ਦਾ ਜੂਨ ਸੰਬੰਧੀ 406 ਰੁਪਏ ਜਾਂ 0.9% ਵਾਧੇ ਨਾਲ 43,269 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਵਿੱਚ 125 ਲਾਟ ਦਾ ਕੰਮ ਕਾਜ ਹੋਇਆ ਅਤੇ ਇਸ ਤਰ੍ਹਾਂ ਸੋਨੇ ਦਾ ਅਪ੍ਰੈਲ ਸੰਧੀ 104 ਰੁਪਏ ਜਾਂ ਫਿਰ 0.9% ਵਾਧੇ ਦੇ ਨਾਲ 43,067 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਵਿੱਚ 2,117 ਲਾਟ ਦਾ ਕੰਮ ਕਾਜ ਹੋਇਆ। ਵਿਸ਼ਵ ਪੱਧਰ 'ਤੇ ਨਿਊਯਾਰਕ ਵਿੱਚ ਸੋਨਾ 0.93% ਵਾਧੇ ਨਾਲ 1,664.20 ਡਾਲਰ ਪ੍ਰਤੀ ਔਸ 'ਤੇ ਚਲਾ ਗਿਆ। ਪੰਜਾਬੀ ਆਨੰਦ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣੀਆਂ ਪੜ੍ਹਨੀਆਂ ਤਾਂ ਬਣੇ ਰਹੋ ਅੱਜ ਨਿਊਜ਼ ਵਾਲਾ .com ਦੇ ਨਾਲ।